ਨਾਜ਼ਰੀਨ ਆਪ ਦੇਖ ਰਹੇ ਹੋ ਕਿ ਪਿੰਡੂ ਮੈਂ ਹਾਂ ਅਮਰ ਮੀਰਤ। ਅਸੀਂ ਆਏ 196 HB ਹਾਕੜਾ ਦੇ ਜਿਹੜੇ ਆ ਸੜਕ ਆ, ਦੇਖੋ ਬਾਰਿਸ਼ ਦੀ ਵਜ੍ਹਾ ਤੋਂ ਇੰਨੀ ਤਬਾਹੀ ਹੋਈ ਪਈ ਹੈ ਕਿ ਸਾਰੀ ਸੜਕ ਬੰਦ ਹੋਈ ਆ। ਕਿਤੋਂ ਲੰਘਣ ਨੂੰ ਜਗ੍ਹਾ ਕੋਈ ਨਹੀਂ ਆ। ਦੇਖੋ ਮੋਟਰਸਾਈਕਲ ਵਾਲੇ ਆਪਣੀ ਜਾਨ 'ਤੇ ਖੇਡ ਕੇ ਮੋਟਰਸਾਈਕਲ ਲੰਘਾ ਰਹੇ ਨੇ, ਕਿਤੋਂ ਕਿਤੇ ਵੀ ਡਿੱਗ ਸਕਦੇ, ਸੱਟ ਲੱਗ ਸਕਦੀ ਹੈ, ਇਹਨਾਂ ਨੂੰ ਕੁਛ ਵੀ ਮਸਲਾ ਬਣ ਸਕਦਾ। ਲੇਕਿਨ ਅਜੇ ਤੱਕ ਇੱਥੇ ਕੋਈ ਹਕੂਮਤੀ ਨੁਮਾਇੰਦਾ, ਕੋਈ ਚੇਅਰਮੈਨ, ਕੋਈ ਐਸਾ ਬੰਦਾ ਕੋਈ ਨਹੀਂ ਇੱਥੇ ਆਇਆ ਵੀ ਜਿਹੜਾ ਆਣ ਕੇ ਕੋਈ ਇੱਥੇ ਮਿੱਟੀ ਪਵਾ ਦੇਵੇ, ਨਹੀਂ ਸੜਕ ਠੀਕ ਕਰਾ ਦੇਵੇ। ਇਹ ਡੇਲੀ ਗੁਜ਼ਰਗਾ, ਇੱਥੋਂ ਦੀ ਲੋਕ ਸ਼ਹਿਰ ਨੂੰ ਜਾਂਦੇ ਨੇ ਸਮਾਨ ਆਪਣਾ ਲੈਣ ਅੱਗੇ ਪਿੱਛੇ। ਘੁੰਮਰੀਤ ਦਾ ਬਿਮਾਰ ਹੋ ਜਾਵੇ ਉਹਨੂੰ ਸ਼ਹਿਰ ਲੈ ਕੇ ਵੀ ਇਹ ਸਰੋੜ ਥਾਂ ਨਹੀਂ ਜਾਣਾ। ਅਤੇ ਇੰਨਾ ਨਾ ਪਾਣੀ ਮੋਟਰਸਾਈਕਲ ਅੱਧੀ ਦੀ ਡੁੱਬ ਜਾਂਦੀ ਹੈ, ਕੋਈ ਵੀ ਡਿੱਗ ਕੇ ਸੱਟ ਲੱਗ ਸਕਦੀ, ਹੁੰਦੇ ਡਿੱਗਦੇ ਨੇ। ਮੈਂ ਤੁਹਾਨੂੰ ਦਿਖਾਉਂਦਾ ਹਾਂ, ਦੇਖੋ ਆਹ ਮੇਰਾ ਵੱਡਾ ਭਾਈ ਮੋਟਰ ਇੱਥੋਂ ਲੰਘ ਗਿਆ, ਡੇਲੀ ਫੋਟਾਫਾਟ ਡਿਊਟੀ 'ਤੇ ਜਾਣਾ। ਇੱਥੋਂ ਤੁਹਾਨੂੰ ਪੁੱਛੋ ਵੀ ਪਾਣੀ ਕਿੰਨਾ, ਇੱਥੋਂ ਭੈਣ ਤੋਂ ਖਤਰਨਾਕ ਰੋਡ ਬਣਿਆ ਪਿਆ ਵਾ, ਦੱਸੋ। ਇਟ ਇਜ਼ ਵੈਰੀ ਡਿਫੀਕਲਟ ਗਾਇਸ, ਬਹੁਤ ਮੁਸ਼ਕਲ ਹੈ ਯਹਾਂ ਸੇ ਗੁਜ਼ਰਨਾ। ਇੰਤਜ਼ਾਮੀਆ ਕੋ ਚਾਹੀਏ ਕਿ ਇਸਕੇ ਬਾਰੇ ਮੇਂ ਕੁਛ ਨੋਟਿਸ ਲੇ। ਕਿਆ ਯੇ ਬੇਹੂਦਗੀ ਹੈ, ਬਗੈਰਤੀ ਹੈ ਹਮਾਰੀ ਇੰਤਜ਼ਾਮੀਆ ਕੀ, ਗਵਰਨਮੈਂਟ ਕੀ। ਯੇ ਦੇਖੇ ਖੁਦ ਹੀ ਪਾਣੀ, ਆਪ ਦੇਖ ਲੈ, ਬਾਈਕ ਸਾਰੀ ਅੰਦਰ ਤੱਕ ਪਾਣੀ ਕੇ ਬਿਲਕੁਲ, ਯਹਾਂ ਪੇ ਮੇਰੇ ਪਾਉ, ਮੇਰੇ ਕੱਪੜੇ ਸਾਰੇ ਖਰਾਬ ਹੋ ਗਏ ਹੈ ਯਹਾਂ ਸੇ ਇਤਨਾ ਥੋੜ੍ਹਾ ਸਾ ਰਸਤਾ ਗੁਜ਼ਰਤੇ ਹੋਏ। ਤੋ ਇੰਤਜ਼ਾਮੀਆ ਕੋ ਚਾਹੀਏ ਕਿ ਨੋਟਿਸ ਲੇ ਕਮ ਸੇ ਕਮ। ਥੈਂਕ ਯੂ ਨਾਜ਼ਰੀਨ। ਇਹ ਵੀ ਸਾਰੇ ਬੰਦੇ ਪਿੰਡ ਦੇ ਡੇਲੀ ਇੱਥੋਂ ਲੰਘਦੇ ਨੇ ਆਏ, ਇਹਨਾਂ ਕੋਲੋਂ ਕੋਈ ਦੋ ਗੱਲਾਂ ਪੁੱਛਦੇ ਵੀ ਹਾਂਜੀ ਤੁਹਾਨੂੰ ਇੱਥੋਂ ਡੇਲੀ ਤੁਸੀਂ ਲੰਘਦੇ ਹੋ? ਹਾਂਜੀ ਹਾਂਜੀ। ਇਹ ਮੌਤ ਨੇ ਆਪਣੀ ਜਾਨ 'ਤੇ ਖੇਡ ਕੇ ਲੰਘਦੇ ਹੋ, ਤੁਸੀਂ ਇਸ ਬਾਰੇ ਘੁੰਮਣ ਬਾਰੇ ਕੀ ਕਹਿਣਾ ਚਾਹੋਗੇ, ਇਹਨੂੰ ਆਪਣੇ ਵਾਸਤੇ ਕੀ ਕਰਨਾ ਚਾਹੀਦਾ, ਦੱਸੋ ਯਾਰ। ਜੀ ਹਮ ਇੱਧਰ ਸੇ ਰੋਜ਼ ਗੁਜ਼ਰਤੇ ਹੈ, ਇੱਧਰ ਸੇ ਗੁਜ਼ਰਨੇ ਮੇਂ ਬਹੁਤ ਜ਼ਿਆਦਾ ਮਸਲਾ ਪੇਸ਼ ਆਤਾ ਹੈ, ਆਧੀ ਆਧੀ ਬਾਈਕ ਤੋਂ ਪਾਣੀ ਮੇਂ ਵੈਸੇ ਹੀ ਯਾਨੀ ਕਿ ਆ ਜਾਂਦੀ ਹੈ। ਦੇਖੋ ਜੀ ਹਕੂਮਤ ਸਾਰੀ ਚੋਰ ਹੈ, ਹਕੂਮਤ ਭੈਣ ਭੈਣ ਨਾਦਰੀ। ਦੇਖੋ ਨਾਦਰੀ ਨਾ ਆਪੇ ਬਾਹਰ ਮੋਟਰਸਾਈਕਲ ਦੀ ਤਬਾਹੀ ਹੋ ਜਾਂਦੀ ਆ, ਡੇਲੀ ਕੋਈ ਨਾ ਕੋਈ ਗਿਰਦਾ ਜਾ ਕੇ। ਇਹਨਾਂ ਨੂੰ ਪੁੱਛ ਲਈਏ।